ਵਧੀਆ ਚੀਜ਼ ਆ ਇਸ ਦੌਰ ਦੀ ਤਾਂ ਬਹੁਤ ਟਫ ਟੌਪਿਕ ਹੈ ਨਾ ਸਟੋਰੀ ਟੈਲਿੰਗ ਮੈਥਡ ਦਾ ਉਹਨਾਂ ਦੀ ਕੁਝ ਠੀਕ ਹੈ ਰੁੱਤਾਂ ਬਣ ਗਿਆ ਕਿਵੇਂ ਅਸੀਂ ਗਰਮੀ ਸਰਦੀ ਕਿਵੇਂ ਬਣਦੇ ਆ ਜਿਵੇਂ ਕਿ ਕਿਸੇ ਖੰਭੇ ਦੇ ਵਿੱਚ ਕੋਈ ਸ਼ਰਾਬੀ ਜਦੋਂ ਟੱਕਰ ਮਾਰਦਾ ਖੰਭਾ ਟੇਢਾ ਹੋ ਜਾਂਦਾ ਪੱਥਰ ਦੀ ਵੀ ਟੇਢੀ ਹੋਈ ਹੈ ਸਾਡੇ ਟੇਢੀ ਨਹੀਂ ਪਰ ਜੇ ਕਿਸੇ ਸ਼ਰਾਬੀ ਨੇ ਟੱਕਰ ਨਹੀਂ ਮਾਰੀ ਤਾਂ ਸਟੋਰੀ ਹੈ ਜਦੋਂ ਅਸੀਂ ਸੋਲਰ ਸਿਸਟਮ ਬਣ ਰਿਹਾ ਸੀ ਉਹ ਵੀ ਰਹਿ ਹੁੰਦੇ ਸੀ ਸਾਡੇ ਉਹਨਾਂ ਦਾ ਆਰਬਿਟ ਹਰੇ ਡਿਸਾਈਡ ਨਹੀਂ ਸੀ ਹੋਇਆ ਜਿਹਦੇ ਕਰਕੇ ਟੱਕਰ ਆਉਂਦੇ ਨੇ ਤੀਆ ਨਾਲ ਦਾ ਗ੍ਰਹਿ ਸੀ ਮੰਗਲ ਦੀ ਧਰਤੀ ਦੇ ਵਿਚਕਾਰ ਉਹਦੀ ਟੱਕਰ ਹੁੰਦੀ ਹੈ ਤੀਆ ਤੇ ਧਰਤੀ ਦੇ ਮਟੀਰੀਅਲ ਦਾ ਚੱਲ ਮਾਰਦਾ ਧਰਤੀ ਉਸ ਟਾਈਮ ਬਹੁਤ ਜ਼ਿਆਦਾ ਗਰਮ ਹੈ 8500 ਡਿਗਰੀ ਟੈਂਪਰੇਚਰ ਹੈ ਧਰਤੀ ਟੇਢੀ ਹੋਈ ਪੱਕਦੀ ਸ਼ੁਰੂਆਤ ਹੋਈ ਤੇ ਧਰਤੀ ਦੇ ਲਾਈਫ ਸ਼ੁਰੂ ਹੋਈ ਜੇ ਟੱਕਰ ਨਾ ਹੁੰਦੀ ਸ਼ਾਇਦ ਅਸੀਂ ਖੜੇ ਨਾ ਹੁੰਦੇ ਤੇ ਧਰਤੀ ਦੇ ਉੱਪਰ ਜੇਕਰ ਅੱਜ ਵੀ ਧਰਤੀ ਸਿੱਧੀ ਕਰ ਦਈਏ ਤਾਂ ਮੌਸਮ ਬੰਦ ਹੋ ਜਾਣਗੇ ਕਿਉਂਕਿ ਸਾਰੀ ਸੂਰਜ ਦੀ ਰੋਸ਼ਨੀ ਸਾਰੀ ਇੱਥੇ ਬਰਾਬਰ ਪਊਗੀ ਤੇ ਇਸ ਲਈ ਧਰਤੀ ਦੇ ਉੱਪਰ ਦੋ ਥਾਂ ਐਸੀਆਂ ਨੇ ਜਿੱਥੇ 6 ਮਹੀਨੇ ਰਾਤ ਰਹਿੰਦੀ ਹੈ 6 ਮਹੀਨੇ ਦਿਨ ਹੈ ਕੈਨੇਡਾ ਚ ਬੈਠੇ ਬੱਚੇ ਕਹਿੰਦੇ ਆ ਕਿ 9 ਵਜੇ ਸਾਡੇ ਪਰਦੇ ਲਾ ਕੇ ਸੋਣਾ ਪੈਂਦਾ ਸੂਰਜ ਨਹੀਂ ਛਿਪਦਾ ਰਾਤ ਦੀ 15-15 ਘੰਟੇ ਦੀ ਰਾਤ ਹੈ ਤੇ 9 ਘੰਟੇ ਦਾ ਦਿਨ ਹੈ ਇੱਕ ਵਰਗ ਨੂੰ ਮੋੜਿਆ ਸਰ ਇਹ ਸੜਕ ਨੂੰ ਵੀ ਜਿਵੇਂ ਸੜਕ ਦੀ ਇੱਕ ਪੱਟੀ ਕਿੱਧਰ ਪਾਸੇ ਇੱਕ ਵਿਚਾਰੇ ਆ ਇਹ ਤਿੰਨ ਰੇਖਾ ਵਾਲੀ ਕਰ ਰੇਖਾ ਭੂਮਾ ਰੇਖਾ ਮੱਧ ਰੇਖਾ ਸੂਰਜ ਦੀ ਸੜਕ ਹੈ ਸੂਰਜ ਕਦੇ ਵੀ ਇਸ ਰੇਖਾ ਤੋਂ ਨੀਚੇ ਨਹੀਂ ਜਾਂਦਾ ਮਕਰ ਰੇਖਾ ਤੋਂ ਕਰਕੇ ਉੱਪਰ ਨਹੀਂ ਜਾਂਦਾ 7 ਦਸੰਬਰ ਦੇ ਵਿੱਚ ਸੂਰਜ ਦੀ ਰੋਸ਼ਨੀ ਪੈ ਰਹੀ ਹੈ ਮਕਰ ਰੇਖਾ ਤੇ ਆਸਟ੍ਰੇਲੀਆ ਦੇ ਵਿੱਚ ਪੂਰੀ ਕਰਕੇ ਲੋਕ ਤੁਸੀਂ ਨੋਕਸੀ ਵੀ ਅਸੀਂ ਜਾਗਦਾ ਪਾ ਰਹੇ ਹਾਂ ਮਾਰਚ ਦੇ ਵਿੱਚ ਇਹੀ ਰੋਸ਼ਨੀ ਭੂਮਾ ਰੇਖਾ ਤੇ ਪੈਂਦੀ ਹੈ ਸੂਰਜ ਦੇ ਜਦ ਮੌਸਮ ਨੇ ਸਾਮ ਹੋ ਜਾਂਦੇ ਨੇ ਤੇ ਜੂਨ ਦੇ ਵਿੱਚ ਸੂਰਜ ਦੀ ਰੋਸ਼ਨੀ ਭਾਰਤ ਦੇ ਵਿੱਚ ਪੈਂਦੀ ਹੈ ਤੇ ਭਾਰਤ ਦੇ ਵਿੱਚ ਗਰਮੀ ਹੁੰਦੀ ਹੈ ਤੇ ਅਸੀਂ ਜਿਹੜੇ ਆਸਟ੍ਰੇਲੀਆ ਵਾਲੇ ਨੇ ਉਹ ਕੋਟੀਆਂ ਪਾਉਂਦੇ ਨੇ ਤੇ ਸਤੰਬਰ ਦੇ ਵਿੱਚ ਮੁੜ ਕੇ ਫੇਰ ਸਭ ਦਿਨ ਬਰਾਬਰ ਇਸ ਭੂਮਾ ਰੇਖਾ ਦੇ ਦੇਸ਼ ਦੇ ਲੋਕ ਨੇ ਦੋ ਗਰਮੀਆਂ ਦੇਖਦੇ ਨੇ ਇੱਕ ਸਤੰਬਰ ਚ ਇੱਕ ਮਾਰਚ ਦੇ ਵਿੱਚ ਨਾਸਾ ਨੇ ਰਿਸਰਚ ਕੀਤੀ ਵੀ ਚੰਦਰਮਾ ਧਰਤੀ ਤੋਂ 4 ਸੈਂਟੀਮੀਟਰ ਦੂਰ ਜਾ ਰਿਹਾ ਹੈ ਇੱਕ ਟਾਈਮ ਆਊਗਾ ਚੰਦਰਮਾ ਧਰਤੀ ਤੋਂ ਦੂਰ ਚਲਾ ਜਾਊਗਾ ਸੂਰਜ ਦਾ ਕਿਰਤ ਧਰਤੀ ਦੇ ਕਿਰਤ ਬਾਅਦ ਦਾ ਦੋ ਰੁੱਤਾਂ ਹੋ ਜਾਣਗੀਆਂ ਬਸੰਤ ਤੇ ਪੱਤਝੜ ਤੇ ਧਰਤੀ ਦੇ ਉੱਪਰ ਸਮੁੰਦਰ ਦੇ ਉੱਪਰ ਜਵਾਰ ਭਾਟੇ ਆਉਣੇ ਬੰਦ ਹੋ ਗਏ ਤੂਫਾਨ ਆਉਣੇ ਬੰਦ ਹੋ ਗਏ ਮੇਰਾ ਮੋਟਰ ਤੇ ਗੱਲਾਂ ਦੱਸਦਾ ਜ਼ਿੰਦਗੀ ਚ ਟਕਰਾਵ ਹੁੰਦਾ ਸਾਡਾ ਹਰੇਕ ਟਕਰਾਵ ਬਰਬਾਦੀ ਵੀ ਲੈ ਜਾਂਦਾ ਕੁਝ ਟਕਰਾਵ ਤੁਹਾਨੂੰ ਆਬਾਦ ਕਰਦੇ ਨੇ ਜ਼ਿੰਦਗੀ ਚ ਇੱਕ ਪਾਰਟਨਰ ਹੋਣਾ ਜ਼ਰੂਰੀ ਹੈ ਭਾਵੇਂ ਸੰਭਾਲ ਦੇ ਰਹਿਣ ਜ਼ਿੰਦਗੀ ਹਾਰ ਵਰਗੀ ਹੈ ਜੋ ਟੇਢੇ ਹੋਣਗੇ ਜ਼ਿੰਦਗੀ ਚੱਲ Thank you.